ਅਸੀਂ ਪੰਜਾਬੀ ਸਦੀਆਂ ਤੋਂ ਆਪਣੀ ਇੱਜ਼ਤ ਲਈ ਲੜਦੇ ਅਤੇ ਖੜਦੇ ਆਏ ਹਾਂ। ਇੱਕ ਧੀ ਆਪਣੇ ਪਿਓ ਦੀ ਪੱਗ, ਵੀਰਾਂ ਦੀ ਮੁੱਛ ਦਾ ਮਾਣ ਅਤੇ ਘਰ ਦੀ ਇੱਜ਼ਤ ਹੁੰਦੀ ਹੈ, ਅਤੇ ਇਹ ਸਰਮਾਏ ਦਾ ਹੱਕਦਾਰ ਉਹੀ ਹੋ ਸਕਦਾ ਜੋ ਇੱਕ ਔਰਤ ਦੀ ਇੱਜ਼ਤ ਕਰਨੀ ਅਤੇ ਕਰਵਾਉਣੀ ਜਾਣਦਾ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ, ਲਾਈਕ ਜ਼ਰੂਰ ਕਰਿਓ ਅਤੇ ਕਮੈਂਟਾਂ